ਕਿ ਮੈਂ ਆ ਕੇ ਲੱਗੀ ਆਂ ਗੂ ਚਲਾਉਂਦਿਆਂ ਜਿਵੇਂ ਸਾਲਾਂ ਦੀ ਲਾਤ ਘਰੋਂ ਭੱਜ ਗਈ ਹੋਵੇ ਕੁੜੀਆਂ ਮੇਰੀਆਂ ਘਰੋਂ ਪੱਜੀਆਂ ਦਿਮਾਗ ਹੀ ਦਾ ਖਰਾਬ ਹੋਈ ਫਿਰਦਾ ਇਹਨੇ ਸਾਲਾਂ ਦੇ ਧੰਫੇ ਖਾਣੇ ਅੱਜ ਮੇਰੇ ਕੋਲ ਹੁਣ ਨਹੀਂ ਪੱਜਦਾ ਮੇਰੇ ਕੋਲ ਪੰਜਾਬ ਦੇ ਹਿੰਦੁਸਤਾਨ ਦੇ ਦੁਨੀਆ ਪਰ ਵਿੱਚ ਜਿੱਥੇ ਵੀ ਪੰਜਾਬੀ ਵੱਸਦੇ ਨੇ ਉਹਨਾਂ ਦੇ ਚਹੇਤੇ ਕਾਮੇਡੀ ਸ਼ੋਜ਼ ਕਰਨ ਵਾਲੇ ਜਸਵਿੰਦਰ ਪੱਲਾ ਜੀ ਸਟੂਡੀਓ ਦੇ ਅੱਜ ਪਹੁੰਚੇ ਹੋਏ ਨੇ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਠੰਡ ਲੱਗਦੀ ਹੈ ਤਾਂ ਪਾਇਆ ਹੈ ਓਏ ਕੀ ਬਕਵਾਸ ਕਰ ਰਿਹਾ ਮੈਂ ਥੋੜੀ ਇਹ ਕਰ ਰਿਹਾ ਵਾਓ ਮੇਰੇ ਰੱਬਾ ਜਦ ਅਸੀਂ ਗੱਲ ਕਰਦੇ ਆ ਕਾਮੇਡੀ ਦੀ ਤਾਂ ਉਸ ਦੇ ਵਿੱਚ ਜਸਵਿੰਦਰ ਪਾਲਾ ਜੀ ਦਾ ਬਹੁਤ ਵੱਡਾ ਨਾਮ ਹੈਗਾ ਇਹਨਾਂ ਨੇ ਆਪਣਾ ਕੈਰੀਅਰ ਐਜ਼ ਅ ਕਾਮੇਡੀਅਨ ਸਟਾਰਟ ਕੀਤਾ ਸੀ 1988 ਦੇ ਵਿੱਚ ਛਣਕਾਟਾ ਦੇ ਨਾਲ ਅਤੇ ਇਹ ਸੀਰੀਜ਼ ਤੁਹਾਨੂੰ ਯਾਦ ਹੋਵੇਗਾ ਕਿ ਬਹੁਤ ਸਾਰੇ ਲੋਕ ਉਡੀਕਦੇ ਸਨ ਕਿ ਉਸ ਦੇ ਵਿੱਚ ਅਸੀਂ ਇਸ ਨੂੰ ਸੁਣੀਏ ਤੇ ਵੇਖੀਏ ਤੇ ਬਹੁਤ ਵਧੀਆ ਤਰੀਕੇ ਨਾਲ ਜਸਵਿੰਦਰ ਪਾਲਾ ਜੀ ਨੇ ਇਸ ਦੇ ਵਿੱਚ ਲੋਕਾਂ ਨੂੰ ਹਸਾਇਆ ਸੋ ਜਸਵਿੰਦਰ ਪੱਲਾ ਜੀ ਅੱਜ ਇਹਨੂੰ ਪ੍ਰੋਗਰਾਮ ਦੇ ਚੰਕਿਓ ਹਰਪੀਤ ਜੀ ਤੇ ਤੁਹਾਡੇ ਜ਼ਰੀਏ ਅਸੀਂ ਲੋਕਾਂ ਨਾਲ ਰੂਬਰੂ ਹੋ ਰਹੇ ਹਾਂ ਸੋ ਜਸਵਿੰਦਰ ਜੀ ਗੱਲਬਾਤ ਕਰੀ ਜੋ ਤੁਸੀਂ ਸ਼ੁਰੂ ਕੀਤਾ ਇਹ ਸਭ ਕੁਝ ਕਰਨਾ ਤਾਂ ਉਸ ਸਮੇ ਇਹ ਇਨਾ ਟ੍ਰੈਂਡ ਵਿੱਚ ਨਹੀਂ ਸੀ ਕਿ ਕਾਮੇਡੀ ਦੇ ਰਾਹੀਂ ਤੁਸੀਂ ਲੋਕਾਂ ਤੱਕ ਪਹੁੰਚਣਾ ਪਰ ਤੁਸੀਂ ਕਿਸੇ ਨਾ ਕਿਸੇ ਮੈਸੇਜ ਨੂੰ ਲੈ ਕੇ ਅੱਗੇ ਆਉਂਦੇ ਸੀ ਤੇ ਕਾਮੇਡੀ ਦੇ ਜ਼ਰੀਏ ਇਹ ਮੈਸੇਜ ਲੋਕਾਂ ਤੱਕ ਪਹੁੰਚਾਉਂਦੇ ਸੀ ਹਰਪੀਤ ਜੀ ਇਸ ਤਰ੍ਹਾਂ ਕਿ ਕੇਦੀਪ ਚਗਮੂਨ ਕੌਰ ਜੀ ਜਦੋਂ ਮੈਮੋ ਕਾਮੇਡੀ ਕਰਦੇ ਸੀ ਜੀ 90 ਦਾ ਗੈਪ ਪੈ ਗਿਆ ਹਮ ਹ ਉਹਨਾਂ ਨੇ ਉਸ ਤੋਂ ਬਾਅਦ ਕੈਸਟ ਆਈ ਨਹੀਂ ਮਾਰਕੀਟ 'ਚ ਜੀ ਉਹ ਚੀਜ਼ ਨੂੰ ਪੂਰਾ ਸੀ ਕੀਤਾ ਗੈਪ ਨੂੰ ਛਣਕਾਟਾ ਲਿਆ ਕੇ 1988 ਦੇ ਵਿੱਚ ਜਗਦੇਵ ਸਿੰਘ ਜਸੋਵਾਲ ਜੀ ਗੁਰਪ੍ਰਜਨ ਗਹਿਲ ਜੀ ਇਹਨਾਂ ਦੇ ਐਫਰਟਸ ਸਾਧਕਾ ਪ੍ਰੋਫੈਸਰ ਕੇਸ਼ਰਮ ਸ਼ਰਮਾ ਜੀ ਦੇ ਐਫਰਟਸ ਸਾਧਕਾ ਤੇ ਹੁਣ ਤੱਕ ਜਾਨੀ ਕਹਿ ਸਕਦੇ ਹੋ ਵੀ 27 ਐਲਬਮਾਂ ਛਣਕਾਟੇ ਦੀਆਂ ਲਗਾਤਾਰ ਅਸੀਂ 25 ਸਾਲ ਕੱਢੀਆਂ ਹੋ ਰਾਈਟ ਔਰ ਦਸ਼ਕਾ ਨੇ ਸਰੋਤੇ ਨੇ ਇੰਨਾ ਪਿਆਰ ਦਿੱਤਾ ਕਿ ਪਹਿਲੀ ਕੈਸਟ 88 ਜਦੋਂ ਕੋਈ ਸਾਡੀ ਰਿਕਾਰਡ ਕਰਨ ਨੂੰ ਤਿਆਰ ਨਹੀਂ ਸੀ ਜਸਵਾਲ ਸਾਹਿਬ ਦੇ ਕਹਿਣ ਤੇ ਰਿਕਾਰਡ ਹੋਈ ਉਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਆਪਣੀ ਕੈਸਟ ਰੀਲਿਸ ਕੀਤੀ ਨਾਲ ਹੀ ਮਲਕੀਤ ਜੀ ਦੀ ਤੂਤਕ ਤੂਤਕ ਤੂਤੀਆਂ ਆਏ ਧੂਮਾਂ ਪਾਤੀਆਂ ਉਸ ਕੈਸਟ ਨੇ ਸਾਰੇ ਪਾਸੇ ਪਰ ਸਾਡਾ ਕੋਈ ਉਹਨਾਂ ਨਾਲ ਕੰਪੀਟੀਸ਼ਨ ਨਹੀਂ ਸੀ ਸਾਡੀ ਕਾਮੇਡੀਕ ਕੈਸਟ ਸੀ ਸਾਡੀ ਪੈਰਲਰ ਕੈਸਟ ਹਿੱਟ ਹੋ ਕੇ ਸਾਡੀ ਪਹਿਚਾਨ ਉਹ ਛਣਕਾਟੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਬਣਾਈ ਬਿਲਕੁਲ ਕੋਈ ਸ਼ੱਕ ਨਹੀਂ ਔਰ ਉਹਦੇ ਵਿੱਚ ਅਸੀਂ ਕਾਮੇਡੀ ਦੇ ذریعے ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਅਸੀਂ ਵਿੱਚ ਮੈਸੇਜ ਦੰਦੇ ਸੀ ਕੋਈ ਸੰਦੇਸ਼ ਦੰਦੇ ਸੀ ਜਿਵੇਂ ਮਾਸੀ ਨੂੰ ਦਰਸਣਗੇ ਪੀਪਲ ਵਿਦ ਸਾਈਡ ਤੇ ਹੈਨਾ ਉਹ ਚੀਜ਼ਾਂ ਲੈ ਕੇ ਇਸ ਤਰ੍ਹਾਂ ਦੇ ਮੈਸੇਜ ਲੈ ਕੇ ਜਦੋਂ ਅਸੀਂ ਸਮਾਜ ਵਿੱਚ ਵਿਚਰੇ ਤਾਂ ਦਸ਼ਕਾਂ ਨੇ ਸਾਨੂੰ ਉਹਦਾ ਭਰਪੂਰ ਪਿਆਰ ਦਿੱਤਾ ਉਹੀ ਰੀਜ਼ਨ ਆ ਵੀ ਇੱਕ ਰਾਹ ਬੰਦ ਹੁੰਦਾ ਹੈ ਪਰਮਾਤਮਾ ਦੂਜਾ ਖੋਲ ਦਿੰਦਾ ਜਾ ਕੇ 2009 ਤੋਂ ਬਾਅਦ ਲਾਸਟ ਸ਼ਨ ਘਟਾਇਆ ਸੀ ਮਿੱਠੇ ਪੋਚੇ ਫਿਰ ਕੈਸਟਰਨ ਸੀਡੀਆਂ ਬੰਦ ਹੋ ਗਈਆਂ ਫਿਰ ਪੰਜਾਬੀ ਫਿਲਮਾਂ ਤੁਰਪੀਆਂ ਤੇ ਫਿਰ ਉਧਰ ਨੂੰ ਤੁਰਪੇ ਤੇ ਦਸ਼ਕਾਂ ਨੇ ਪੰਜਾਬੀ ਫਿਲਮਾਂ ਨੂੰ ਪਿਆਰ ਦਿੱਤਾ ਔਰ ਅੱਜ ਤੁਹਾਡੇ ਸਾਰਿਆਂ ਦੀ ਬਦੌਲਤ ਇੰਨੀਆਂ ਪੰਜਾਬੀ ਫਿਲਮਾਂ ਹਿੱਟ ਨੇ ਕਿ ਬਾਲੀਵੁੱਡ ਨੂੰ ਮਾਤ ਦਿੰਦੀਆਂ ਨੇ ਚਾਹੇ ਬਜਟ ਸਾਡਾ 5 ਕਰੋੜ ਦਾ ਹੋਵੇ ਤੇ ਕਿਤੇ ਅਸੀਂ 200 300 ਕਰੋੜ ਦੀਆਂ ਫਿਲਮਾਂ ਨਾਲ ਟੱਕਰ ਲੈਣੇ ਆਂ ਜਿਆਦਾ ਪਰ ਫਿਰ ਵੀ ਸਾਨੂੰ ਵੱਧ ਪਿਆਰ ਮਿਲਦਾ ਕਈ ਵਾਰੀ ਸੁਣਨ ਨੂੰ ਬੈਠਾ ਕਿ ਇਸ ਪੰਜਾਬੀ ਫਿਲਮ ਕਰਕੇ ਪੰਜਾਬ ਦੇ ਵਿੱਚ ਹਿੰਦੀ ਫਿਲਮ ਥੋੜੀ ਨਰਮ ਰਹੀ ਸੋ ਇਹ ਸਾਡੇ ਲਈ ਬਹੁਤ ਵੱਡਾ ਕ੍ਰੈਡਿਟ ਆ ਬਾਕੀ ਇੱਥੇ ਆ ਕੇ ਦੇਖਦੇ ਆ ਇੰਨੇ ਸਟੂਡੈਂਟਸ ਆ ਗਏ ਨੇ ਇੰਨੇ ਪੰਜਾਬੀ ਸਾਡੇ ਉਥੋਂ ਜਿਹੜੇ ਪੰਜਾਬ ਤੋਂ ਇੱਥੇ ਤੱਕ ਪਹੁੰਚੇ ਨੇ ਔਰ ਐਡੀ ਤੇਜ਼ੀ ਦੇ ਨਾਲ ਇੱਥੇ ਆ ਕੇ ਉਹ ਇਹਦੇ ਵਿੱਚ ਮਰਜ ਹੋ ਰਹੇ ਨੇ ਤੇ ਜਿਵੇਂ ਸਾਡੇ ਵਰਗਿਆਂ ਨੂੰ ਤਾਂ ਉਦੋਂ ਚਿਰੋਂ ਨਵੇਂ-ਨਵੇਂ ਆਉਂਦੇ ਸੀ ਅੰਗਰੇਜ਼ੀ ਇਹ ਨਹੀਂ ਸਮਝ ਆਉਂਦੀ ਸੀ ਪਰ ਜਿਹੜੇ ਹੁਣ ਉਥੋਂ ਆਇਲਸ ਕਲੀਅਰ ਕਰਕੇ ਆਉਂਦੇ ਨੇ ਇੰਗਲਿਸ਼ ਸਕੂਲਾਂ ਚੋਂ ਪੜ੍ਹ ਕੇ ਆਉਂਦੇ ਨੇ ਕਹਿੰਦੇ ਲੱਗਦਾ ਹੀ ਨਹੀਂ ਜਿਵੇਂ ਬੰਦੇ ਨਵੇਂ ਨੇ ਇੱਥੇ ਜਿਹੜੇ ਸਟੂਡੈਂਟਸ ਆਉਂਦੇ ਨੇ ਬਿਲਕੁਲ ਵਾਹ ਜੀ ਵਾਹ ਅੱਛਾ ਇੱਕ ਗੱਲ 1988 ਤੋਂ ਜਦੋਂ ਤੋਂ ਸ਼ੁਰੂ ਕੀਤਾ ਹੈ ਰੀਅਲ ਲਾਈਫ ਦੇ ਵਿੱਚ ਤਾਂ ਤੁਹਾਨੂੰ ਅਸੀਂ ਦੇਖਿਆ ਅਚਨਗਾਟੇ ਦੇ ਰਹੇ ਲੋਕਾਂ ਦੇ ਨਾਲ ਤੁਸੀਂ ਜੁੜੇ ਬਹੁਤ ਵਧੀਆ ਤਰੀਕੇ ਨਾਲ ਰੀਅਲ ਲਾਈਫ ਤੇ ਰੀਅਲ ਲਾਈਫ ਦੇ ਵਿੱਚ ਜ਼ਿੰਦਗੀ 'ਚ ਕਿੰਨਾ ਕੋਈ ਫਰਕ ਹੈਗਾ ਕੀ ਤੁਸੀਂ ਉੱਥੇ ਵੀ ਇਸ ਤਰ੍ਹਾਂ ਹੀ ਆਪਣੀ ਅਸਲ ਜ਼ਿੰਦਗੀ 'ਚ ਹੱਸਦੇ ਹੱਸਾਂਦੇ ਰਹਿੰਦੇ ਹੋ ਜਾਂ ਟੈਨਸ਼ਨਾਂ ਜਿਸ ਤਰ੍ਹਾਂ ਆਮ ਬੰਦੇ ਤੇ ਪੈ ਜਾਂਦੀਆਂ ਨੇ ਉਹ ਵੀ ਭਾਰੂ ਹੋ ਜਾਂਦੀਆਂ ਕਈ ਵਾਰ ਜਾਂ ਤੁਹਾਡਾ ਜਿਹੜਾ ਇਹ ਟੈਲੈਂਟ ਹੈ ਉਹ ਤੁਹਾਨੂੰ ਫਿਰ ਮੋੜ ਤੋਂ ਉਸੇ ਫੀਲਡ ਵਿੱਚ ਲੈ ਜਾਂਦਾ ਦੇਖੋ ਭਾਜੀ ਨੇਚਰ ਤਾਂ ਸੇਮ ਹੀ ਰਹਿੰਦੀ ਹੈ ਹੈਨਾ ਅਗਰ ਯੂ ਮੇਕ ધ ਪੀਪਲ ਲਾਫ ਕਿਤੇ ਵੀ ਤੁਹਾਨੂੰ ਸਿਚੁਏਸ਼ਨ ਹੋਗੀ ਇੱਕ ਤਾਂ ਅਸੀਂ ਜਿੱਥੇ ਬੈਠਦੇ ਆਂ ਉੱਥੇ ਅਸੀਂ ਆਪ ਘੱਟ ਬੋਲਦੇ ਆਂ ਲੋਕਾਂ ਨੂੰ ਅਬਜ਼ਰਵ ਵਧ ਕਰਦੇ ਆਂ ਵੀ ਉਹਨਾਂ ਚੋਂ ਅਸੀਂ ਕੀ ਗ੍ਰੈਪ ਕਰ ਸਕਦੇ ਆਂ ਫਿਰ ਉਸੇ ਚੀਜ਼ ਨੂੰ ਤੜਕਾ ਲਾ ਕੇ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਫਿਰ ਹਰਪੀਤ ਜੀ ਕਹਿੰਦਾ ਇਹ ਤਾਂ ਯਾਰ ਗੱਲ ਮੈਂ ਸੁਣਾਈ ਸੀ ਇਹਨਾਂ ਨੂੰ ਠੀਕ ਹੈ ਸੋ ਆਮ ਜ਼ਿੰਦਗੀ ਵਿੱਚ ਵੀ ਕੋਸ਼ਿਸ਼ ਕਰੀਦੀ ਹੈ ਵੀ ਹਸਮੁਖ ਰਹੀਏ ਲੋਕਾਂ ਨੂੰ ਹਾਸੇ ਵੰਡিয়ে ਜੇ ਪ੍ਰਮਾਤਮਾ ਨੇ ਸਾਡੀ ਡਿਊਟੀ ਲਈ ਹੈ ਲੋਕਾਂ ਦੇ ਚਿਹਰਿਆਂ 'ਤੇ ਸਮਾਈਲ ਲਿਆਉਣ ਦੀ ਤਾਂ ਉਹ ਅਸੀਂ ਵਾਕੂ ਵੀ ਨਵਾ ਵੀ ਰਹੇ ਹਾਂ ਔਰ ਪ੍ਰਮਾਤਮਾ ਸਾਨੂੰ ਬਲ ਬਖਸ਼ੇ ਸਾਰੇ ਆਰਟਿਸਟਾਂ ਨੂੰ ਕਿ ਅਸੀਂ ਤੁਹਾਡੇ ਚਿਹਰਿਆਂ 'ਤੇ ਖੁਸ਼ੀ ਲੈ ਕੇ ਆਉਂਦੇ ਰਹੀਏ ਬਿਲਕੁਲ ਜੀ ਬਿਲਕੁਲ ਜਸਵੰਦਰ ਜੀ ਇਟ ਵਾਸ ਅ ਪਲੇਜ਼ਰ ਟਾਕਿੰਗ ਟੂ ਯੂ ਥੈਂਕ ਯੂ ਥੈਂਕ ਯੂ ਬਹੁਤ ਬਹੁ